ਕਿਹੜੀ ਕਲਾਸ ਦੀ ਸਰ ਬੀਐਸਸੀ ਨਾਨ ਮੈਡੀਕਲ ਫਾਈਨਲ ਤੇ ਅੱਜ ਇਹ ਤੁਹਾਡੇ ਪੈਨ ਪੁਨ ਨਾਲ ਛੜ ਭਰੀ ਹੋਈ ਹੈ ਲਿਖ ਕੇ ਕੀ ਮੈਸੇਜ ਲਿਖਿਆ ਕਿ ਨਾ ਨਹੀਂ ਲਿਖਿਓ ਅੱਜ ਕੀ ਹੈ ਸਰ ਅੱਜ ਨਾ ਸਕ੍ਰਿਬਲ ਲੇ ਮਤਲਬ ਹੁਣ ਸਾਡੇ ਐਗਜ਼ਾਮਸ ਖਤਮ ਹੋ ਗਏ ਤੇ ਸਾਡਾ ਕਾਲਜ ਦੇ ਵਿੱਚ ਲਾਸਟ ਡੇ ਸੀ ਤਾਂ ਕਰਕੇ ਜਿਹੜੇ ਫਰੈਂਡਸ ਨੇ ਸਾਡੇ ਲਈ ਮਤਲਬ ਆਪਣੇ ਥਾਟਸ ਲਿਖੇ ਨੇ ਆਪਣੀ ਫੀਡਬੈਕ ਲਿਖੀ ਗਏ ਤੇ ਆਪਣੇ ਫਿਊਚਰ ਲਈ ਸਾਨੂੰ ਬੈਸਟ ਵਿਸ਼ਿਸ ਦੇ ਕੇ ਤੇ ਕਿੱਥੇ ਕਿੱਥੇ ਲਿਖਿਆ ਹੋਇਆ ਅੱਛਾ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਸਰ ਬਹੁਤ ਹੀ ਮਤਲਬ ਕਿ ਵਧੀਆ ਲੱਗ ਰਿਹਾ ਜਿਹੜੇ ਆਪਣੇ ਫਰੈਂਡਸ ਨੇ ਇੱਕ ਤਰ੍ਹਾਂ ਨਾਲ ਹੁਣ ਤਾਂ ਵੈਸੇ ਪਰ ਦੂਰ ਹੋ ਗਏ ਪਰ ਫਿਰ ਵੀ ਇੱਕ ਤਰ੍ਹਾਂ ਜਿਹੜੇ ਆਪਾਂ ਨੂੰ ਮੈਸੇਜ ਦੇ ਕੇ ਗਏ ਉਹਨਾਂ ਦੀ ਵਿਸ਼ਿਸ ਨਹੀਂ ਉਹ ਹਮੇਸ਼ਾ ਮਤਲਬ ਆਪਣੇ ਨਾਲ ਰਹਿਣਗੀਆਂ ਤੇ ਇੱਕ ਬਹੁਤ ਸਪੈਸ਼ਲ ਫੀਲ ਹੁੰਦਾ ਹੈ ਤੇ ਅੱਜ ਕੀ ਪੇਪਰ ਕਿੰਨੇ ਵਜੇ ਖਤਮ ਹੋਏ ਸਰ 7:12 ਤੇ ਹੁਣ ਕਿੰਨੇ ਵਜ ਗਏ ਸਰ 3:00 ਤੇ ਕਿਵੇਂ ਲੱਗ ਰਿਹਾ ਕੀ ਜਾਣ ਨੂੰ ਨਹੀਂ ਜੀ ਕਰ ਰਿਹਾ ਦੋਸਤਾਂ ਨਾਲ ਲਾਸਟ ਦਿਨ ਕੀ ਕਰਨਾ ਚਾਹੁੰਦੇ ਸਰ ਮਤਲਬ ਕਿ ਵੀ ਹੁਣ ਫਰੈਂਡਸ ਨਾਲ ਹੁਣ ਤਾਂ ਸ਼ਾਇਦ ਮਤਲਬ ਕਿ ਕਦੋਂ ਮਿਲੀਏ ਇਸ ਕਰਕੇ ਹੁਣ ਫਰੈਂਡਸ ਨਾਲ ਟਾਈਮ ਸਪੈਂਡ ਕਰ ਰਹੇ ਸੀਗੇ ਲਾਸਟ ਟਾਈਮ ਤੇ ਅੱਛਾ ਜਿਵੇਂ ਪੇਪਰ ਸਰ ਸਰ ਹੁਣ ਤਾਂ ਮਤਲਬ ਪੇਪਰ ਖਤਮ ਹੋ ਗਏ ਤੇ ਹੁਣ ਅਸੀਂ ਬਹੁਤ ਫੀਲ ਫ੍ਰੀ ਕਰ ਰਹੇ ਮਤਲਬ ਸਾਡਾ ਜਿਹੜਾ ਮਾਈਂਡ ਹੁਣ ਫ੍ਰੀ ਹੋ ਗਿਆ ਤੇ ਹੁਣ ਇਸ ਕਰਕੇ ਅਸੀਂ ਆਪਣੇ ਫਰੈਂਡਸ ਨਾਲ ਇੰਜੋਏ ਕਰਨਾ ਤੇ ਸ਼ਰਟ ਦਾ ਕੀ ਕਰੂੰ ਸਰ ਕੰਮ ਕਰੇ ਕਿਹੜੀ ਕਲਾਸ ਮੈਂ ਬੀ ਆਨਰ ਸਪੋਰਟ ਸਾਇੰਸ ਤੇ ਅੱਜ ਲਿਖ ਰਹੇ ਹਾਂ ਕੀ ਹੈ ਆ ਸਾਡਾ ਲਾਸਟ ਡੇ ਹੈ ਜੀ ਸਕ੍ਰਿਬਲ ਡੇ ਸੀਗਾ ਮਤਲਬ ਮੈਮਰੀਜ਼ ਕਰਕੇ ਅੱਜ ਲਿਖ ਰਹੇ ਸਾਰੇ ਇਹ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਵੈਸੇ ਤਾਂ ਬਸ ਦੁੱਖ ਵੀ ਹੋ ਰਿਹਾ ਕਿਉਂਕਿ ਲਾਸਟ ਦਾ ਕਾਲਜ ਦਾ ਇਸ ਤੋਂ ਬਾਅਦ ਸ਼ਾਇਦ ਮੈਂ ਅਸੀਂ ਸਾਰੇ ਕਦੇ ਕਦੇ ਮਿਲਿਆ ਕਰੀਏ ਨਹੀਂ ਜਿਵੇਂ ਤੁਹਾਡੇ ਐਗਜ਼ਾਮ ਸੀ ਕਾਫੀ ਬਰਡਨ ਹਾਂ ਐਗਜ਼ਾਮ ਦਾ ਕਾਫੀ ਬਰਡਨ ਸੀਗਾ ਉਦੋਂ ਦਾ ਤੇ ਅੱਜ ਫਰਕ ਹੈ ਹੁਣ ਅੱਜ ਹੁਣ ਤਾਂ ਰਿਲੈਕਸ ਹੋ ਗਏ ਬਿਲਕੁਲ ਹੀ ਹੁਣ ਰਿਲੈਕਸ ਫੀਲ ਹੋ ਰਿਹਾ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਜੀ ਬਸ ਸੈਲੀਬ੍ਰੇਟ ਜੇ ਪਰਸ ਨੂੰ ਪਾਰਟੀ ਹੋਣ ਕੀ ਨਾਮ ਹੈ ਤੁਹਾਡਾ ਕੀ ਲੱਗ ਰਿਹਾ ਜੀ ਕਿਸ ਤਰ੍ਹਾਂ ਲਿਖਿਆ ਟੀ ਸ਼ਰਟ ਤੇ ਕੀ ਕਰੋਗੇ ਇਹਨਾਂ ਦਾ ਸਾਂਭ ਕੇ ਰੱਖਾਂਗੇ ਮੈਮਰੀ ਅਮ੍ਰਿਤ ਨੇ ਮੇਰਾ ਨਾਮ ਪ੍ਰੋਫੈਸਰ ਅਮਰਜੀਤ ਸਿੰਘ ਹੈ ਮੈਂ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੇ ਅੱਜ ਸਟੂਡੈਂਟ ਸਰ ਸੈਲੀਬ੍ਰੇਸ਼ਨ ਕਰ ਰਹੇ ਸੀ ਕੀ ਐਗਜ਼ਾਮ ਕੀ ਹੋਇਆ ਸੀ ਅੱਜ ਜਿਹੜੇ ਵਿਦਿਆਰਥੀ ਗਰੁੱਪਸ ਦੇ ਵਿੱਚ ਇਕੱਠੇ ਹੋਏ ਸੀਗੇ ਇਹ ਵਿਦਿਆਰਥੀ ਕਾਫੀ ਦਿਨਾਂ ਤੋਂ ਜਿਹੜੇ ਹੈ ਉਹ ਪੇਪਰਾਂ ਦੇ ਵਿੱਚ ਬਿਜ਼ੀ ਸੀਗੇ ਅੱਜ ਉਹਨਾਂ ਦਾ ਲਾਸਟ ਪੇਪਰ ਸੀਗਾ ਔਰ ਜਦੋਂ ਕੋਈ ਕਿਸੇ ਵੀ ਕਲਾਸ ਦਾ ਲਾਸਟ ਪੇਪਰ ਹੁੰਦਾ ਜਾਂ ਕੋਰਸ ਦੀ ਜਿਹੜੀ ਥਰਡ ਈਅਰ ਕੰਪਲੀਟ ਹੁੰਦਾ ਤਾਂ ਬੱਚਿਆਂ ਦੇ ਨਾ ਦਿਮਾਗ ਦੇ ਉੱਤੋਂ ਜਿਹੜਾ ਬੋਝ ਥੋੜ੍ਹਾ ਜਿਹਾ ਹਟ ਜਾਂਦਾ ਵੀ ਅੱਜ ਅਸੀਂ ਇੰਨੇ ਦਿਨ ਪੇਪਰਾਂ ਦੇ ਵਿੱਚ ਬਿਜ਼ੀ ਸੀਗੇ ਅਤੇ ਉਸ ਤੋਂ ਫ੍ਰੀ ਹੋ ਕੇ ਫਿਰ ਬੱਚੇ ਆਪਣੇ ਆਪਣੇ ਬੱਚਿਆਂ ਨੇ ਜਿਹੜੇ ਕਿ ਉਹ ਕੱਪੜੇ ਪਾਏ ਹੁੰਦੇ ਨੇ ਵਾਈਟ ਉਹਦੇ 'ਤੇ ਕੋਈ ਸਿਗਨੇਚਰ ਕਰਦਾ ਕੋਈ ਆਪਣੇ ਕਮੈਂਟਸ ਉਹਦੇ 'ਤੇ ਲਿਖਦਾ ਤੋ ਇਸ ਕਾਰਨ ਜਿਹੜੇ ਹੈ ਵਿਦਿਆਰਥੀ ਇਕੱਠੇ ਹੋ ਕੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਸੀਗੇ ਅਤੇ ਮੈਨੂੰ ਲੱਗਦਾ ਕਿ ਜਿਵੇਂ ਪੰਖ ਲੱਗ ਜਾਂਦੇ ਆ ਕਿਸੇ ਨੂੰ ਵਿਦਿਆਰਥੀ ਨੂੰ ਵੀ ਅਸੀਂ ਜਿਹੜਾ ਕੋਰਸ ਕੰਪਲੀਟ ਹੋ ਗਿਆ ਅੱਜ ਅਸੀਂ ਫ੍ਰੀ ਹੋ ਗਏ ਅਤੇ ਕਾਫੀ ਦਿਨਾਂ ਦੀ ਜਿਹੜੀ ਮਿਹਨਤ ਤੋਂ ਬਾਅਦ ਹੈ ਉਹ ਜਿਹੜੀ ਹੈ ਉਹ ਬੱਚੇ ਫ੍ਰੀ ਸਕ੍ਰਿਬਲ ਡੇ ਵਜੋਂ ਜਿਹੜਾ ਹੈ ਵਿਦਿਆਰਥੀ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆ ਅਤੇ ਸਰ ਜਿਵੇਂ ਸਟੂਡੈਂਟਸ ਹੈ ਇਹਨਾਂ ਲਈ ਕੋਈ ਮੈਸੇਜ ਜਿਹੜੇ ਜਾ ਰਹੇ ਆ ਪਾਸ ਆਊਟ ਕਰ ਰਹੇ ਆ ਪੇਪਰ ਖਤਮ ਹੋ ਗਏ ਜਿਹੜੇ ਵਿਦਿਆਰਥੀ ਸਾਡੇ ਡਿਫਰੈਂਟ ਕੋਰਸਿਸ ਨੂੰ ਕੰਪਲੀਟ ਕਰਕੇ ਸਾਡੇ ਕਾਲਜ ਦੇ ਵਿੱਚੋਂ ਜਾ ਰਹੇ ਹੈ ਮੈਂ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿੱਥੇ ਜਿੱਥੇ ਵੀ ਉਹ ਜਿਹੜੇ ਜਿਹੜੇ ਫੀਲਡ ਦੇ ਵਿੱਚ ਜਾਣਗੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਉਹਨਾਂ ਨੂੰ ਵਿਸ਼ਿਸ਼ ਵੀ ਕਰਦਾ ਕਿ ਉਹ ਜਿਹੜੇ ਵੀ ਫੀਲਡ ਦੇ ਵਿੱਚ ਅੱਗੇ ਜਾਣ ਚਾਹੇ ਉਹ ਐਜੂਕੇਸ਼ਨ ਨੂੰ ਅੱਗੇ ਹੋਰ ਉਹਨਾਂ ਨੇ ਇਸ ਤੋਂ ਜ਼ਿਆਦਾ ਅੱਗੇ ਜਾ ਕੇ ਪੜ੍ਹਨਾ ਜਾਂ ਜੋਬ ਦੇ ਵਿੱਚ ਜਾਣਾ ਜਾਂ ਹੋਰ ਵੀ ਕੋਈ ਐਂਟਰਪ੍ਰੀਨਿੰਗ ਕੰਮ ਕਰਨਾ ਅਤੇ ਉਹਦੇ ਵਾਸਤੇ ਮੈਂ ਬੈਸਟ ਵਿਸ਼ਿਸ਼ ਵੀ ਦਿੰਦਾ ਜਿਹੜੇ ਵੀ ਉਹ ਫੀਲਡ ਦੇ ਵਿੱਚ ਜਾਣ ਉਹ ਜਾ ਕੇ ਜਿਹੜਾ ਹਮੇਸ਼ਾ ਕਾਮਯਾਬੀਆਂ ਨੂੰ ਉੱਚਾ ਛੂਹਣ ਅਤੇ ਸਾਡੇ ਕਾਲਜ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰਨ ਆਪਣੇ ਮਾਤਾ ਪਿਤਾ ਦਾ ਨਾਮ ਹੀ ਰੋਸ਼ਨ ਕਰਨ ਅਤੇ ਹੁਣ ਪਲੱਸ ਟੂ ਦਾ ਰਿਜ਼ਲਟ ਆ ਗਿਆ ਹੁਣ ਜਿਵੇਂ ਨਵੇਂ ਵਿਦਿਆਰਥੀ ਆਏਗੇ ਐਡਮਿਸ਼ਨਾਂ ਕਦੋਂ ਸ਼ੁਰੂ ਨੇ ਕਿਸ ਤਰ੍ਹਾਂ ਐਡਮਿਸ਼ਨ ਜਿਹੜਾ ਹੈ 2023-24 ਦਾ ਜਿਹੜਾ ਸੈਸ਼ਨ ਹੈ ਉਹਦੇ ਐਡਮਿਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਹਨ ਇਸ ਵਾਰੀ ਜਿਹੜੇ ਫਸਟ ਈਅਰ ਦੇ ਐਡਮਿਸ਼ਨ ਨੇ ਸਾਰੀਆਂ ਕਲਾਸਿਸ ਦੇ ਉਹ ਗਵਰਨਮੈਂਟ ਦਾ ਪੋਰਟਲ ਹੈ ਔਨਲਾਈਨ ਜਿਹੜੇ ਐਡਮਿਸ਼ਨਸ ਹੋ ਰਹੀਆਂ ਨੇ ਉਹਦੇ ਉੱਤੇ ਬੱਚੇ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਇਹ 25 ਤਰੀਕ ਤੱਕ ਜਿਹੜੀਆਂ ਰਜਿਸਟ੍ਰੇਸ਼ਨ ਜਿਹੜੀਆਂ ਕਰਵਾਈਆਂ ਜਾਣਗੀਆਂ ਉਹ ਜਿਹੜੇ ਬੱਚੇ ਸਾਡੇ ਕਾਲਜ ਦੇ ਕੋਰਸਿਸ ਨੂੰ ਪ੍ਰੈਫਰ ਕਰਨਗੇ ਉਹਨਾਂ ਨੂੰ ਅਸੀਂ ਉਸ ਔਨਲਾਈਨ ਹੀ ਵੈਰੀਫਾਈ ਕਰਾਵਾਂਗੇ ਜੇ ਕੋਈ ਉਹਦੇ 'ਚ ਓਬਜੈਕਸ਼ਨ ਹੈ ਕੋਈ ਡਾਕੂਮੈਂਟ ਵਗੈਰਾ ਨਹੀਂ ਲਗਾਇਆ ਗਿਆ ਉਹਦੇ ਬਾਰੇ ਅਸੀਂ ਵਿਦਿਆਰਥੀਆਂ ਨੂੰ ਜਿਹੜਾ ਉਹ ਓਬਜੈਕਸ਼ਨ ਰੇਜ਼ ਕਰਦੇ ਹੈ ਵਿਦਿਆਰਥੀ ਉਸ ਚੀਜ਼ ਨੂੰ ਫਿਰ ਓਬਜੈਕਸ਼ਨ ਨੂੰ ਉਹਦੇ ਅਕੋਰਡਿੰਗਲੀ ਆਪਣਾ ਡਾਕੂਮੈਂਟ ਅਟੈਚ ਕਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਇਹਦੀ ਫਿਰ ਮੈਰਿਟ ਲਿਸਟ ਆਏਗੀ ਮੈਰਿਟ ਲਿਸਟ ਤੋਂ ਬਾਅਦ ਵਿਦਿਆਰਥੀ ਜਿਹੜਾ ਹੈ ਉਹ ਫਿਜ਼ੀਕਲੀ ਵੈਰੀਫਿਕੇਸ਼ਨ ਵਾਸਤੇ ਅਲੋਂਗ ਵਿਦ ਦਾ ਸਰਟੀਫਿਕੇਟਸ ਅਤੇ ਐਪਲੀਕੇਸ਼ਨ ਸਾਡੇ ਕੋਲ ਕਮੇਟੀਆਂ ਡਿਫਰੈਂਟ ਅਸੀਂ ਬਣਾ ਦਿੱਤੀਆਂ ਹੈਗੀਆਂ ਡਿਪਾਰਟਮੈਂਟਾਂ ਦੀਆਂ ਉਹਦੇ ਵਿੱਚ ਵਿਦਿਆਰਥੀ ਆਉਣਗੇ ਫਿਜ਼ੀਕਲੀ ਆਪਣੇ ਸਰਟੀਫਿਕੇਟ ਵੈਰੀਫਿਕੇਸ਼ਨ ਕਰਵਾਉਣਗੇ ਉਹ ਕਰਵਾਉਣ ਤੋਂ ਬਾਅਦ ਉਹਨਾਂ ਦੀ ਜਿਹੜਾ ਫਾਈਨਲ ਹੈ ਉਹ ਮੈਰਿਟ ਲਿਸਟ ਜਿਹੜੀ ਉਹ ਲਗਾ ਦਿੱਤੀ ਜਾਏਗੀ ਅਤੇ ਐਡਮਿਸ਼ਨ ਬੱਚਿਆਂ ਨੂੰ ਹਾਂ ਵਿਦਿਆਰਥੀ ਜਿਹੜੇ ਔਨਲਾਈਨ ਹੀ ਫੀਸ
जमा करवाएंगे जिवें कि गवर्नमेंट कॉलेज है ये जो एस सी विद्यार्थियों ने उन्होंने फीस कंसैशन मिलता है वो बाद दे विच एस सी स्कॉलरशिप अप्लाई करते हैं तो बाकी जी रही फीस है जो सरकार तो उन्होंने मिल जाती है तो फिर साढ़े को फीस देंगे ने असी मतलब ये विद्यार्थियों हर तरह की जी सहूलत प्रदान करने वास्ते असी हमेशा ही विद्यार्थियों के नाल खड़े हैं। साडा कॉलेज जिहड़ा है साफ सुथरा कैंपस है साडे कोल बहुत वधिया साडे कोल लाइब्रेरी है कैंपस साडे कोल वाईफाई है जिहड़ी फैकल्टी है हाईली क्वालिफाइड एंड डेडिकेटेड एंड एक्सपीरियंसड साडे कोल फैकल्टी है और तकरीबन साडे कोल 7,500 तो वध जिहड़ा विद्यार्थी हर साल कॉलेज दे विच साडे कोल हुंदा है और तकरीबन 31 डिफरेंट कोर्सेज जिहड़े असी विद्यार्थियों चूज करने वास्ते दिंदे हां और हमेशा ही साडी यही कोशिश रहिंदी है कि विद्यार्थी की हर तरह के नाल जिहड़ी है वह डिवेलपमेंट की जाए। साडे कोल एन सी सी के 3 यूनिट हैं एन एस एस के 5 यूनिट हैं इहदे नाल ही साडे कोल थिएटर क्लब है और डिफरेंट महिंद्रा म्यूजिक क्लब है डिफरेंट सोसाइटीज़ ने डिपार्टमेंट दियाँ जिड़िया कि हमेशा ही साड़िया जिहड़े टीचर्स ने विद्यार्थियों की ओवरऑल डिवेलपमेंट वास्ते हमेशा ही जिहड़े है उन्होंने नाल खड़े ने कि विद्यार्थी कोई भी जो कॉलेज के विचों जिहड़ा पास होकर जाता सिर्फ वो कागज़ की एक डिग्री नहीं नाल लेके जाए वो हर पक्षों जिहड़ी है विद्यार्थी की डिवेलपमेंट होनी चाहिए है। ये नाल नाल ही असी पिछले सालों तो स्किल डिवेलपमेंट कोर्स जोड़े शुरू किए ने वो 6-6 महीने के कोर्स ने वो जगत गुरु नानक देव ओपन यूनिवर्सिटी के नाल जोड़े असी वो कोर्स बच विद्यार्थियों करवाने हैं तो वो बच्चे स्किल डिवेलपमेंट कोर्स करके अपने रूटीन के कोर्सिज के नाल नाल अपना स्किल एनहांस कर सकते हैं तो उन्होंने इंप्लायबिलिटी जी है वो वधा सकते हैं और इस तरीके असी हमेशा ही विद्यार्थियों के नाल जोड़ा है वो रल मिल के इस इंस्टीट्यूशन वास्ते दे विद्यार्थियों के उज्जवल भविष्य वास्ते हमेशा ही उन्होंने नाल ये काम करते रहेंगे। तो खेडां बारे ते कोई नवे कोर्स शुरू हुए एज फार एज स्पोर्ट्स आर कंसर्न साढ़े को बहुत वधिया ग्राउंड्स हैं और हर एक तरह की जी स्पोर्ट्स फैसिलिटी है साढ़े जे टीचर्स ने नाल साढ़े को कुछ स्पोर्ट्स विभाग तो शाम को कोचिज भी आते हैं जेडे विद्यार्थियों कोचिंग शाम को देंगे ने तो असी हर एक जी गेम के यूनिवर्सिटी दियां जिहड़ियां गेम्स हुंदियां ने कुछ नैशनल लैवल दियां गेम्स ने इंटर यूनिवर्सिटी लैवल दे कंपीटीशन ने वो साडे विद्यार्थी उहनां दे विच भाग लैंदे हन और महिंद्रा कॉलेज हमेशा ही स्पोर्ट्स वास्ते हमेशा ही उन्हां नूं उत्साहित करदा रहिंदा है और साडे कोल काफ़ी बच्चे जिहड़े ने ਉਹ ਯੂਨੀਵਰਸਿਟੀ ਲੈਵਲ ਦੇ ਖਿਡਾਰੀ ਹਨ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਅਤੇ ਇਹਦੇ ਨਾਲ ਨਾਲ ਹੀ ਜਿਹੜੇ ਇਸ ਸਾਲ ਦੇ ਅਸੀਂ ਕੋਰਸਿਸ ਸ਼ੁਰੂ ਕੀਤੇ ਹੋਏ ਹਨ ਇਹਦੇ 'ਚ ਪੰਫਲੇਟ ਅਸੀਂ ਹਰ ਤਰ੍ਹਾਂ ਨਾਲ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਵੀ ਔਰ ਜਗ੍ਹਾ ਦੇ ਕਾਲਜ ਦੇ ਬਾਹਰ ਔਰ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਅਸੀਂ ਐਡਵਰਟੀਜ਼ਮੈਂਟ ਲਗਾਈਆਂ ਹੋਈਆਂ ਹਨ ਜਿੱਥੇ ਵਿਦਿਆਰਥੀ ਇਹਨਾਂ ਕੋਰਸਾਂ ਬਾਰੇ ਜਾਣਕਾਰੀ ਲੈ ਸਕਦੇ ਹਨ ਕੋਰਸਿਸ ਦੀ ਜਾਣਕਾਰੀ ਹੈ ਨਾਲ ਟੀਚਰਸ ਦੇ ਜਿਹੜੇ ਕੰਸਰਨਡ ਨੇ ਉਹਨਾਂ ਦੇ ਫੋਨ ਨੰਬਰ ਦਿੱਤੇ ਹਨ ਕਾਲਜ ਦਾ ਮੇਲ ਆਈ ਡੀ ਹੈ ਵਿਦਿਆਰਥੀ ਹਰ ਤਰ੍ਹਾਂ ਦੇ ਨਾਲ ਜਿਹੜਾ ਸਾਡੇ ਕੋਲ ਆ ਕੇ ਕਾਲਜ ਦੇ ਵਿੱਚ ਹੈਲਪ ਡੈਸਕ ਫਿਕਸ ਕੀਤਾ ਹੋਇਆ ਹੈ ਅਸੀਂ ਜਿੱਥੇ ਵਿਦਿਆਰਥੀ ਆਪਣੀ ਇਨਫੋਰਮੇਸ਼ਨ ਲੈ ਸਕਦਾ ਹੈ ਅਸੀਂ ਜਿਹੜਾ ਟੈਲੀਫੋਨ ਨੰਬਰ ਨੀਚੇ ਦਿੱਤਾ ਹੈ ਉਹ ਟੈਲੀਫੋਨ ਦੇ ਉੱਤੇ ਫੋਨ ਕਰਕੇ ਵੀ ਵਿਦਿਆਰਥੀ ਜਿਹੜਾ ਹੈ ਉਹ ਇਨਫੋਰਮੇਸ਼ਨ ਕੋਰਸਿਸ ਬਾਰੇ ਲੈ ਸਕਦਾ ਹੈ ਕੱਲ੍ਹ ਹੈ ਸਾਡਾ ਯੂਨੀਵਰਸਿਟੀ ਲੈਵਲ ਦੇ ਉੱਤੇ ਅਸੀਂ ਰਨਰ ਅਪ ਜਿਹੜੇ ਹੈ ਯੂਨੀਵਰਸਿਟੀ ਦੇ ਲੈਵਲ ਦੇ ਉੱਤੇ ਰਹੇ ਹਾਂ ਸਾਡੇ ਕਾਲਜ ਦੀ ਸਾਡੇ ਕਾਲਜ ਦੇ ਵਿੱਚ ਜਿਹੜਾ ਹੈ ਉਹ ਗਿੱਧੇ ਦੀ ਟੀਮ ਸਾਡੀ ਯੂਨੀਵਰਸਿਟੀ ਦੀ ਪਾਰਟੀਸਪੇਟ ਕਰਦੀ ਹੈ ਭੰਗੜੇ ਦੀ ਟੀਮ ਹੈ ਅਲੋਂਗ ਵਿਦ ਮਾਈਮ ਸਕਿੱਟ ਔਰ ਮਿਊਜ਼ੀਕਲ ਆਈਟਮਸ ਜਿਹੜੀਆਂ ਨੇ ਔਰ ਉਹਦੇ ਵਿੱਚ ਸਾਡੇ ਕੋਲ ਦੋ ਟੀਚਰਸ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਟ੍ਰੇਨਡ ਕਰਦੇ ਹੈ ਕਿ ਕਲਚਰਲ ਐਕਟੀਵਿਟੀਜ਼ ਦੇ ਵਿੱਚ ਸਾਡੇ ਵਿਦਿਆਰਥੀ ਜਿਹੜੇ ਪੁਰਾਣੇ ਵਿਦਿਆਰਥੀ ਨੇ ਉਹ ਪੁਰਾਣੇ ਪ੍ਰੋਫੈਸ਼ਨਲ ਜਿਹੜੇ ਹੈ ਮਿਊਜ਼ਿਕ ਦੇ ਵਿੱਚ ਇੰਡਸਟਰੀ ਦੇ ਵਿੱਚ ਹੈਗੇ ਨੇ ਤੋ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀ ਨੂੰ ਹਰ ਪੱਖੋਂ ਮੁਕੰਮਲ ਜਿਹੜੀ ਵਿਦਿਆਰਥੀ ਦੀ ਜਿਹੜੀ ਹੈ ਡਿਵੈਲਪਮੈਂਟ ਕੀਤੀ ਜਾਵੇ ਮੈਡਮ ਅਤੇ ਨਾਲ ਉਹਨਾਂ ਦੇ ਇੱਕ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਇੱਕ ਕਾਲਜ ਦੇ ਅਸੀਂ ਸਕੈਚਿਸ ਵਗੈਰਾ ਜਾਂ ਹੋਰ ਵੀ ਜਿਹੜੀਆਂ ਪੇਂਟਿੰਗਸ ਸਮੇਂ ਸਮੇਂ 'ਤੇ ਕੰਪੀਟੀਸ਼ਨ ਅਸੀਂ ਕਰਵਾਉਂਦੇ ਰਹਿੰਦੇ ਹਾਂ ਔਰ ਸਾਡੇ ਵਿਦਿਆਰਥੀ ਯੂਨੀਵਰਸਿਟੀ ਲੈਵਲ ਦੇ ਉੱਤੇ ਵੀ ਜਿਹੜੀਆਂ ਇਹ ਪੋਜੀਸ਼ਨਸ ਇਹਨਾਂ ਦੀਆਂ ਇਹਨਾਂ ਕਲਾਵਾਂ ਦੇ ਵਿੱਚ ਹਾਸਲ ਕਰਦੇ ਹਨ ਅਤੇ ਹਮੇਸ਼ਾ ਹੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਬੱਚੇ ਅੱਛੇ ਤਰੀਕੇ ਦੇ ਨਾਲ ਜਿਹੜੇ ਸਕੈਚਿਸ ਵਗੈਰਾ ਉਹ ਡਰਾ ਕਰ ਸਕਣ ਔਰ ਸਾਡੀ ਕਾਲਜ ਦੀ ਜਿਹੜੀ ਬਿਲਡਿੰਗ ਹੈ ਇਤਿਹਾਸਿਕ ਇਹਦੇ ਬਾਰੇ ਵੀ ਵਿਦਿਆਰਥੀਆਂ ਨੇ ਬਹੁਤ ਸਾਰੇ ਸਕੈਚਿਸ ਡਰਾ ਕੀਤੇ ਹਨ ਅਤੇ ਅਸੀਂ ਇਹਦੀ ਟਾਈਮ ਟੂ ਟਾਈਮ ਐਗਜੀਬਿਸ਼ਨ ਜਿਹੜੀ ਹੈ ਕਾਲਜ ਦੇ ਵਿੱਚ ਲਗਾਉਂਦੇ ਰਹਿੰਦੇ ਹਾਂ। ਆਰਮੀ ਕਰਕੇ ਸਟੂਡੈਂਟ ਬਾਹਰ ਪੜ੍ਹਾਈ ਕਰਨ ਜਾ ਰਹੇ ਹੋ, ਪੜ੍ਹਨੇ ਤਾਂ ਸਭ ਨੂੰ ਪਤਾ ਜੋਬ ਕਰਨ ਜਾ ਰਹੇ ਜਾਂ ਪੈਸਾ ਕਮਾਉਣ, ਪੂਰੇ ਕਾਲਜਾਂ 'ਚ ਐਡਮਿਸ਼ਨਾਂ ਘਟੀਆਂ ਅਤੇ ਤੁਹਾਡੇ ਫਿਰ ਵੀ ਸਟੂਡੈਂਟ ਬਹੁਤ ਜ਼ਿਆਦਾ, ਕੀ ਕਾਰਨ?
ਇਹਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਤਕਰੀਬਨ ਅਗਲੇ ਸਾਲ ਅਸੀਂ 150 ਸਾਲ ਇਹ ਮਹਿੰਦਰਾ ਕਾਲਜ ਪੂਰੇ ਕਰਨ ਜਾ ਰਿਹਾ ਹੈ ਔਰ ਇਹਨਾਂ 150 ਸਾਲਾਂ ਦੇ ਵਿੱਚ ਇਹ ਇੰਸਟੀਟਿਊਸ਼ਨ ਇੱਕ ਬਹੁਤ ਹੀ ਹਾਈ ਲੈਵਲ ਦਾ ਇੰਸਟੀਟਿਊਸ਼ਨ ਬਣ ਗਿਆ ਹੈ ਕਿਉਂ ਸਾਡੇ ਕੋਲ ਵਿਦਿਆਰਥੀ ਇਸ ਕਰਕੇ ਆਉਂਦਾ ਹੈ ਇੱਕ ਤਾਂ ਸਾਡੇ ਕੋਲ ਵਰਾਇਟੀ ਆਫ ਕੋਰਸਿਸ ਹੈਗੇ ਨੇ ਸਾਇੰਸਿਸ ਦੇ ਵਿੱਚ ਹੈ ਆਰਟਸ ਵਾਲੀ ਸਾਈਡਸ 'ਤੇ ਹੈ ਸਪੈਸ਼ਲੀ ਲਾਅ ਦਾ ਕੋਰਸ ਜਿਹੜਾ 5 ਈਅਰ ਇੰਟੀਗ੍ਰੇਟਿਡ ਅਸੀਂ ਸ਼ੁਰੂ ਕੀਤਾ ਹੋਇਆ BA LLB 5 ਈਅਰ ਸਪੋਰਟਸ ਫੈਸਿਲਿਟੀਜ਼ ਹੈਗੀਆਂ ਕਲਚਰਲ ਫੈਸਿਲਿਟੀਜ਼ ਬੱਚਿਆਂ ਦੇ ਵਾਸਤੇ ਹੈਗੀਆਂ ਸਾਡੇ ਕੋਲ ਗਰਲਸ ਦੇ ਵਾਸਤੇ ਇੱਕ ਹੋਸਟਲ ਸਾਡੇ ਕੋਲ ਅਵੇਲੇਬਲ ਹੈਗਾ ਕੈਂਪਸ ਸਾਡਾ ਵਾਈਫਾਈ ਹੈ ਅਸੀਂ ਸਕਿਉਰਿਟੀ 24x7 ਸਾਡੇ ਕੋਲ ਸਕਿਉਰਿਟੀ ਹੈ ਤਾਂ ਇਹਦੇ ਨਾਲ ਨਾਲ ਸਾਡੇ ਕੋਲ ਜਿੰਨੀਆਂ ਵੀ ਫੈਸਿਲਿਟੀਜ਼ ਅਸੀਂ ਕਾਲਜ ਦੇ ਵਿੱਚ ਕ੍ਰੀਏਟ ਕੀਤੀਆਂ ਨੇ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਵਿਦਿਆਰਥੀ ਜਿਹੜੇ ਉਹ ਸਾਡੇ ਕੋਲ ਦਾਖਲਾ ਲੈਂਦੇ ਹਨ ਔਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਵਿਦਿਆਰਥੀਆਂ ਦੀ ਘਾਟ ਰਹਿੰਦੀ ਹੈ ਹਾਂ ਪਿਛਲੇ ਸਮੇਂ ਦੌਰਾਨ ਕੁਝ ਵਿਦਿਆਰਥੀ ਨੇ ਜਿਹੜੇ ਉਹ ਬਾਹਰ ਦਾ ਰੁਝਾਨ ਹੈਗਾ ਔਰ ਅਸੀਂ ਹਮੇਸ਼ਾ ਹੀ ਵਿਦਿਆਰਥੀ ਨੂੰ ਇਹ ਸਲਾਹ ਦਿੰਦੇ ਹਾਂ ਕਿ ਇੱਥੋਂ ਕੁਝ ਡਿਗਰੀਜ਼ ਵਗੈਰਾ ਕਰਕੇ ਜਾਂ ਸਕਿੱਲ ਓਰੀਐਂਟਡ ਕੋਰਸਿਸ ਕਰਕੇ ਹੀ ਬਾਹਰ ਜਾਇਆ ਜਾਵੇ ਅਸੀਂ ਵਿਦਿਆਰਥੀਆਂ ਨੂੰ ਇੱਥੇ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹਨਾਂ ਦੇ ਨਾਲ ਤੁਸੀਂ ਸਕਿੱਲ ਓਰੀਐਂਟਡ ਕੋਰਸਿਸ ਕਰੋ ਔਰ ਜਿਹੜੀਆਂ ਜੋਬਸ ਤੁਹਾਨੂੰ ਇੱਥੇ ਵੀ ਮਿਲ ਜਾਣਗੀਆਂ ਸਪੈਸ਼ਲੀ ਮੈਂ ਇਹ ਮੈਨਸ਼ਨ ਕਰਨਾ ਚਾਹੁੰਦਾ ਕਿ ਸਾਡੇ ਕਾਲਜ ਦੇ ਵਿੱਚ ਕਰੀਅਰ ਕਾਉਂਸਲਿੰਗ ਐਂਡ ਪਲੇਸਮੈਂਟ ਸੈੱਲ ਹੈ ਉਹ ਪਿਛਲੇ ਕਈ ਸਾਲਾਂ ਤੋਂ ਐਕਟਿਵ ਹੈ ਔਰ ਇਸ ਸਾਲ ਵੀ ਅਸੀਂ 150 ਵਿਦਿਆਰਥੀ ਦੀ ਜਿਹੜੀ ਹੈ ਡਿਫਰੈਂਟ ਕੋਰਸਿਸ ਦੇ ਵਿੱਚੋਂ ਜਿਹੜੀ ਅਪੁਆਇੰਟਮੈਂਟ ਕਰਾਈ ਹੈ ਔਰ ਬੱਚੇ 25 ਤੋਂ 30 ਹਜ਼ਾਰ ਰੁਪਇਆ ਪਰ ਮੰਥ ਦੇ ਹਿਸਾਬ ਨਾਲ ਉਹਨਾਂ ਨੂੰ ਸੈਲਰੀਜ਼ ਮਿਲੀਆਂ ਨੇ ਸੋ ਇਸ ਤਰ੍ਹਾਂ ਦੀਆਂ ਅਸੀਂ ਹਮੇਸ਼ਾ ਹੀ ਰੋਜ਼ਗਾਰ ਮੇਲੇ ਲਗਾ ਕੇ ਔਰ ਐਕਸਟੈਂਸ਼ਨ ਐਕਟੀਵਿਟੀਜ਼ ਕਰਵਾ ਕੇ ਵਿਦਿਆਰਥੀਆਂ ਨੂੰ ਐਕਸਪੋਜ਼ ਕਰਦੇ ਰਹਿੰਦੇ ਹਾਂ ਕਿ ਉਹਨਾਂ ਨੂੰ ਡਿਫਰੈਂਟ ਜਿਹੜੀਆਂ ਖੇਤਰਾਂ ਦੇ ਵਿੱਚ ਜੋਬਸ ਜਿਹੜੀਆਂ ਇੱਥੇ ਹੀ ਮਿਲ ਸਕਣ ਸੋ ਬਾਹਰ ਦਾ ਜਿਹੜਾ ਰੁਝਾਨ ਘੱਟ ਜਾਵੇ ਤਾਂ ਹਮੇਸ਼ਾ ਅਤੇ ਪ੍ਰਾਈਵੇਟ ਕਾਲਜਾਂ 'ਚ ਇਸ ਚੀਜ਼ ਦਾ ਕੋਈ ਇਫੈਕਟ ਪਿਆ ਪ੍ਰਾਈਵੇਟ ਕਾਲਜ ਦੇ ਵਿੱਚ ਥੋੜ੍ਹਾ ਜਿਹਾ ਇਹ ਹੈ ਕਿ ਬੀਂਗ ਏ ਗਵਰਨਮੈਂਟ ਕਾਲਜ ਸਾਡਾ ਇੱਕ ਫੀਸ ਸਟਰਕਚਰ ਵੀ ਥੋੜ੍ਹਾ ਜਿਹਾ ਘੱਟ ਹੈ ਫੈਸਿਲਿਟੀਜ਼ ਸਾਡੇ ਕੋਲ ਜ਼ਿਆਦਾ ਹਨ ਸਟਾਫ ਦੀ ਉਪਲਬਧਤਾ ਹੈ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵਿਦਿਆਰਥੀ ਹਮੇਸ਼ਾ ਹੀ ਸਾਨੂੰ ਪ੍ਰੈਫਰੈਂਸ ਕਰਦਾ ਹੈ ਕਿ ਇਸ ਕਾਲਜ ਦੇ ਵਿੱਚ ਜਿਹੜਾ ਦਾਖਲਾ ਮੇਰਾ ਨਾਮ ਪਵਨ ਕੁਮਾਰ ਹੈ ਅਤੇ ਮੈਂ ਗੌਰਮੈਂਟ ਮਹਿੰਦਰਾ ਕਾਲਜ BSC ਨੋਨ ਮੈਡੀਕਲ ਦਾ ਸਟੂਡੈਂਟ ਹਾਂ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਮੇਰੀ ਪ੍ਰੀ ਲੈਬ ਕੋਟ ਇਹਨਾਂ ਨੇ ਸਾਇੰਸ ਨਾਲ ਕਿਹਨਾਂ ਨੇ ਲਿਖਿਆ ਹੈ ਇਹ ਮੇਰੇ ਸਾਰੇ ਫਰੈਂਡਸ ਨੇ ਲਿਖਿਆ ਅੱਜ ਬੇਸਿਕਲੀ ਸਕ੍ਰਿਬਲ ਡੇ ਅੱਜ ਸਾਡਾ ਕਾਲਜ ਦਾ ਲਾਸਟ ਦਿਨ ਹੈ ਅੱਜ ਹੀ ਸਾਡਾ ਲਾਸਟ ਐਗਜ਼ਾਮ ਸੀ ਅਤੇ ਇਹ ਅਸੀਂ ਇੱਕ ਦੂਸਰੇ ਨੂੰ ਯਾਦ ਦੇ ਤੌਰ 'ਤੇ ਸਾਈਨ ਕਰ ਮੈਂ BSC ਨੋਨ ਮੈਡੀਕਲ ਫਾਈਨਲ ਈਅਰ ਦੀ ਸਟੂਡੈਂਟ ਹੈ ਅੱਜ ਸਾਡਾ ਕਾਲਜ 'ਚ ਲਾਸਟ ਡੇ ਐਂਡ ਸਾਡਾ ਲਾਸਟ ਐਗਜ਼ਾਮ ਸੀ ਸੋ ਅਸੀਂ ਅੱਜ ਬਹੁਤ ਇੰਜੋਏ ਕਰ ਰਹੇ ਹਾਂ ਬਟ ਪਹਿਲਾਂ ਅਸੀਂ ਬਹੁਤ ਸਟ੍ਰੈਸ ਸੀ ਕਿਉਂਕਿ ਐਗਜ਼ਾਮ ਚੱਲ ਰਹੇ ਸੀਗੇ ਐਗਜ਼ਾਮ ਕੈਸੇ ਰਹੇ ਬਹੁਤ ਅੱਛੇ ਰਹੇ ਠੀਕ ਹੋ ਗਏ ਅੱਜ ਕਿਵੇਂ ਲੱਗ ਰਿਹਾ ਮੈਸੇਜ ਲਿਖੇ ਫਰੈਂਡਸ ਨੇ ਅੱਜ ਬਹੁਤ ਵਧੀਆ ਲੱਗ ਰਿਹਾ ਬਟ ਮੇਰਾ ਨਾਮ ਕਰਨਦੀਪ ਕੌਰ ਹੈ ਮੈਂ BSC ਨੋਨ ਮੈਡੀਕਲ ਫਾਈਨਲ ਈਅਰ ਦੀ ਸਟੂਡੈਂਟ ਹਾਂ ਆਹ ਸਾਡਾ ਲਾਸਟ ਐਗਜ਼ਾਮ ਸੀ ਔਰ ਅੱਜ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਪਹਿਲਾਂ ਬਹੁਤ ਜ਼ਿਆਦਾ ਸਟ੍ਰੈਸ ਸੀਗਾ ਐਗਜ਼ਾਮ ਦੀ ਪ੍ਰੈਪਰੇਸ਼ਨ ਵਗੈਰਾ ਜੇ ਵੋ ਔਰ ਹੁਣ ਮੀਨਸ ਕਿ ਅਸੀਂ ਇੱਕ ਤਾਂ ਅੱਛਾ ਫੀਲ ਕਰ ਰਹੇ ਹਾਂ ਵੀ ਫੁੱਲੀ ਰਿਲੈਕਸ ਫੀਲ ਕਰ ਰਹੇ ਹਾਂ ਅਤੇ ਸਭ ਇੰਜੋਏ ਕਰ ਰਹੇ ਹਾਂ ਵੈਸੇ ਇੱਕ ਉਹ ਵੀ ਹੈ ਵੀ ਹਾਂ ਵੀ ਸਭ ਅਲੱਗ ਵੀ ਹੋ ਜਾਵਾਂਗੇ ਬਟ ਖੁਸ਼ੀ ਵੀ ਅਸੀਂ ਕੁਛ ਅੱਗੇ ਨਿਊ ਕਰਾਂਗੇ ਕੁਛ ਨਿਊ ਸਿੱਖਾਂਗੇ ਤੇ ਬਟ ਇੱਕ ਗੱਲ ਦੇ ਗਮ ਹੈ ਕਿ ਹਾਂ ਵੀ ਅਸੀਂ ਸਾਡੇ ਫਰੈਂਡ ਸਭ ਤੋਂ ਵਿਛੜ ਜਾਣਗੇ ਅਸੀਂ ਆ ਕੀ ਲਿਖਿਆ ਹੈਗਾ ਕਿ ਇਹ ਕਿਹਨੇ ਲਿਖਿਆ ਇਹ ਸਭ ਜੋ ਵੀ ਜਿਸਦਾ ਜੋ ਮਨ ਹੈ ਉਹ ਲਿਖ ਦਿੰਦਾ ਜੋ ਆਪਣੀ ਚ ਕੁਆਲਿਟੀਜ਼ ਹੈ ਜਾਂ ਕੁਛ ਵੀ ਹੈ ਜਿਸਦਾ ਜੋ ਮਨ ਹੈ ਕੁਛ ਕਹਿਣਾ ਚਾਹੁੰਦਾ ਲਾਸਟ ਵਾਰੀ ਉਹ ਸਭ ਆਪਣੇ ਮਨ ਦੀ ਗੱਲ ਲਿਖ ਲੈਂਦਾ ਅੱਛਾ ਇਹ 'ਚ ਕੀ ਮੈਸੇਜ ਹੀ ਲਿਖਦੇ ਕੁਛ ਵੀ ਕੋਈ ਕੁਛ ਕਹਿਣ ਕੋਈ ਗੱਲ ਕੋਈ ਕਹਿ ਨਹੀਂ ਬੰਦਾ ਕਿਸੇ ਨੂੰ ਕੁੜੀ ਮੁੰਡੇ 3 ਸਾਲ ਇੱਦਾਂ ਕੁਛ ਵੀ ਜੋ ਆਪਣਾ ਨੇਚਰ ਹੈ ਕੋਈ ਕੁਛ ਲਿਖ ਦਿੰਦਾ ਜਾਂ ਆਪਣਾ ਐਟੀਟਿਊਡ ਹੈ ਜਾਂ ਕਿੱਦਾਂ ਦਾ ਨੇਚਰ ਹੈ ਵਧੀਆ ਨੇਚਰ ਹੈ ਸਭ ਕੁਛ ਜੋ ਵੀ ਤੁਹਾਡਾ ਮਨ ਹੈ ਉਹ ਲਿਖ ਤੇ ਫਿਰ ਇਹ ਟੀ-ਸ਼ਰਟ ਕੀ ਕਰਦੇ ਤੁਸੀਂ ਫਿਰ ਅਸੀਂ ਇਹਨੂੰ ਸੰਭਾਲ ਕੇ ਰੱਖਦੇ ਇੱਕ ਯਾਦਗਾਰ ਆ ਜਾਂਦੀ ਆਪਣੇ ਕੋਲੇ ਅਸੀਂ ਮੈਂ ਇੱਦਾਂ ਫਰੇਮ ਕਰਵਾ ਕੇ ਰੱਖਾਂਗੀ ਵੀ ਹਨਾ ਫਰੈਂਡਸ ਨੇ ਵੀ ਕੁਛ ਆਪਣੇ ਲਈ ਲਿਖਿਆ ਕੁਛ ਯਾਦਗਾਰ ਹੈ ਆਪਣੇ ਲਈ ਤਾਂ ਆਪਣਾ ਵੀ ਕੁਛ ਇੱਕ ਹੁੰਦਾ ਨਾ ਵੀ ਮੀਨਸ ਕਿ ਆਪਣੀ ਕੋਈ ਨਿਸ਼ਾਨੀ ਹੁੰਦੀ ਹੈ ਆਪਣੇ ਫਰੈਂਡਸ ਦੀ ਤਾਂ ਮੈਂ ਇਸਨੂੰ ਇੱਕ ਫਰੇਮ ਲਗਾ ਕੇ ਰੱਖੂੰਗੀ ਵੀ ਅੱਗੋਂ ਪਿੱਛੋਂ ਵੀ ਦੋਨੋਂ ਆਪਣੇ ਸ਼ੋਅ ਹੋਏ ਵੀ ਹਾਂ ਵੀ ਮੇਰੇ ਫਰੈਂਡਸ ਨੇ ਮੇਰੇ ਲਈ ਇਹ ਮੈਸੇਜ ਲਿਖਿਆ ਜਾਂ ਕੁਛ ਵੀ ਹੈ ਤਾਂ ਵੀ ਪਹਿਲਾਂ ਹੁੰਦਾ ਸੀ ਵੀ ਹਾਂ ਵੀ ਵਧੀਆ ਫਰੈਂਡਸ ਜੇ ਉਹ ਵੀ ਇੰਜੋਏ ਕਰਦੇ ਸੀਗੇ ਬਟ ਅੱਜ ਕੱਲ੍ਹ ਫੋਨ ਜ਼ਿਆਦਾ ਹੋਣ ਲੱਗ ਗਿਆ ਜ਼ਿਆਦਾ ਫੋਨ 'ਚ ਇੰਟਰਸਟ ਹੋਣ ਲੱਗ ਗਿਆ ਤਾਂ ਆਪਸ 'ਚ ਘੱਟ ਕਰ ਰਹੇ ਨੇ ਸਟੂਡੈਂਟਸ ਤਾਂ ਹੁਣ ਮੀਨਸ ਕਿ ਫਰੈਂਡਸ ਨੇ ਤਾਂ ਹੁਣ ਵਿਛੜਨ ਦਾ ਵੀ ਦੁੱਖ ਹੈ